ਅਸੀਂ 5 ਕਿੱਲਿਆਂ ਦਾ ਬੀਜ ਲਿਆ ਸੀਗਾ ਜੀ, 5 ਗੱਟੇ, ਅਤੇ ਪਣਸੀਡ ਦਾ ਸੀਗਾ ਜੀ। ਅਸੀਂ ਸੁਪਰ ਸੀਡਰ ਨਾਲ ਬਿਜਾਈ ਸੀਗੀ, 2000 ਰੁਪਇਆ ਸਾਨੂੰ ਬਿਜਾਈ ਦਾ ਪੈ ਗਿਆ ਜੀ, ਅਤੇ DAP ਜਿਹੜੀ ਪੈ ਗਈ 1.5 ਬੋਰੀ ਜੀ, ਅਤੇ ਗੱਟਾ ਕਣਕ ਦਾ ਪੈ ਗਿਆ ਜੀ 6000 ਰੁਪਇਆ ਏਕੜ ਦਾ ਸਾਡਾ ਨੁਕਸਾਨ ਹੋ ਗਿਆ ਜੀ। 5 ਕਿੱਲੇ ਸੀਗੇ, 30000 ਰੁਪਏ ਦਾ ਨੁਕਸਾਨ ਮੇਰਾ ਹੋ ਚੁੱਕਾ ਜੀ। ਅਤੇ ਬਾਕੀ ਮੰਗ ਸਾਡੀ ਇਹੀ, ਜਿਹੜੀ ਸਾਡੀ ਖਾਣ ਨੂੰ ਕਣਕ ਰੱਖੀ ਸੀਗੀ, ਅਸੀਂ ਹੁਣ ਦੁਬਾਰੇ ਘਰੋਂ ਬੀਜਦੀ ਆ, ਅਤੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਜੀ ਅੱਗੇ ਵਾਸਤੇ। ਕੰਪਨੀਆਂ ਬੀਜ ਪਹਿਲਾਂ ਭੇਜਦੇ ਸੀ, ਚੈੱਕ ਕਰਕੇ ਦੇਖ ਲਈਏ ਬੀਜ ਕੇ ਜੀ, ਸਾਨੂੰ ਮੌਕੇ 'ਤੇ ਬੀਜ ਮਿਲਿਆ ਜੀ, ਉਹ ਮੌਕੇ 'ਤੇ ਬੀਜ ਮਿਲਣ ਕਰਕੇ ਸਾਨੂੰ ਬੀਜ ਕੇ ਨਹੀਂ ਦੇਖਿਆ ਗਿਆ। ਹਾਂ ਜੀ ਹਾਂ, ਇਹ ਨੁਕਸਾਨ ਦਾ ਭਰਪਾਈ ਕੀਤੀ ਜਾਵੇ ਸਾਡੀ ਜੀ। ਅਸੀਂ 3 ਏਕੜ ਦਾ ਬੀਜ ਲੈ ਕੇ ਗਏ ਸੀਗੇ ਜੀ, ਅਤੇ ਉਹ ਅਸੀਂ ਜਦੋਂ ਬੀਜਿਆ ਅਸੀਂ ਦੇਖਿਆ ਦੂਸਰੀ ਕਣਕ ਦੇ, ਉਹਦੇ ਨਾਲ 30-80 ਬੀਜੀ ਜੀ ਅਸੀਂ, ਅਤੇ ਪਨਸੀਡ ਦਾ ਬੀਜ ਸੀਗਾ ਜੀ 222 ਦਾ, ਅਤੇ ਬਾਕੀ ਕਣਕ ਜਿਹੜੀ ਅਸੀਂ ਨਾਲ ਬੀਜੀ 30-80 ਜੀ, ਉਹ ਹਫ਼ਤੇ ਬਾਅਦ ਨਿਕਲੇ ਕਣਕ। ਇਹ ਅਸੀਂ 10 ਦਿਨਾਂ ਬਾਅਦ ਦੇਖੀ, ਦਾਣੇ ਉਵੇਂ ਪਏ ਸੀ, ਕੋਈ ਹਰਾ ਨਹੀਂ ਹੋਇਆ ਦਾਣਾ ਜੀ। ਫਿਰ ਅਸੀਂ ਮਹਿਕਮੇ ਵਾਲਿਆਂ ਨੂੰ ਫੋਨ ਕਰਿਆ, ਇਹ ਇੱਥੋਂ ਸੈਣੇ ਬਲਾਕ 'ਚੋਂ ਗਏ ਦੇਖਣ ਗਏ ਸਾਡੇ ਖੇਤ, ਇਹਨਾਂ ਨੇ ਜਾ ਕੇ ਦੇਖਿਆ ਦਾਣੇ ਪੱਟ ਕੇ ਦਿਖਾਏ ਉਵੇਂ ਜਿਵੇਂ ਦਾਣੇ ਪਏ ਸੀ ਜੀ। 10 ਦਿਨ ਬਾਅਦ ਸਾਨੂੰ ਪਤਾ ਲੱਗਿਆ ਜਾ ਕੇ, ਉਸ ਤੋਂ ਬਾਅਦ ਅਸੀਂ ਹੁਣ ਫਿਰ ਵਾਹ ਕੇ ਦੁਬਾਰਾ ਕਣਕ ਫੇਰ ਬੀਜੀਏ ਜੀ। ਹੁਣ ਘੱਟੋ ਘੱਟ ਸਾਡੇ 15 ਦਿਨਾਂ ਤੋਂ ਪਹਿਲਾਂ ਕਣਕ ਫੇਰ ਨਹੀਂ ਨਿਕਲਦੀ, 1 ਮਹੀਨਾ ਮੰਨ ਕੇ ਚਲੋ 20 ਦਿਨ ਸਾਡੀ ਬਿਜਾਈ ਛੇਤੀ ਹੋ ਗਈ ਜੀ। ਕਿੰਨਾ ਨੁਕਸਾਨ ਮੰਨਦੇ ਹੋ? ਨੁਕਸਾਨ ਤਾਂ ਸਾਡਾ ਘੱਟੋ ਘੱਟ ਵੀ 6000 ਰੁਪਏ ਦਾ ਹੋ ਗਿਆ ਜੀ ਵਾਹ ਕੇ ਬੀਜਣ 'ਤੇ ਦੁਬਾਰੇ। ਕੀ ਚਾਹੁੰਦੇ ਹੋ ਪੰਜਾਬ ਸਰਕਾਰ? ਪੰਜਾਬ ਸਰਕਾਰ ਤੋਂ ਅਸੀਂ ਇਹੀ ਚਾਹੁੰਦੇ ਵੀ ਜਿਹੜਾ ਸਾਡਾ ਮੁਆਵਜ਼ਾ ਬਣਦਾ ਜੀ, ਸਾਡਾ ਬਣਦਾ ਹੱਕ ਸਾਨੂੰ ਦਿੱਤਾ ਜਾਵੇ ਉਹਨਾਂ, ਜਿਹੜਾ ਸਾਡਾ ਨੁਕਸਾਨ ਹੋਇਆ, ਜਿਹੜੀ ਕਣਕ ਸਾਡੀ ਛੇਤੀ ਹੋ ਗਈ ਉਹ ਤਾਂ ਹੋ ਹੀ ਗਈ ਜੀ। ਹੁਣ ਬੀਜ 10 ਏਕੜ ਦਾ ਲੈ ਕੇ ਗਿਆ ਜੀ, 222 ਪੰਜ ਸੀਟ ਦਾ ਬੀਜ ਸੀਗਾ ਜੀ। ਉਸ ਤੋਂ ਬਾਅਦ ਅਸੀਂ ਦੂਜੇ ਤੀਜੇ ਦਿਨ ਜਾ ਕੇ ਬੀਜਤਾ ਜੀ, ਬੀਜਣ ਤੋਂ ਬਾਅਦ ਜਦੋਂ ਉਹਦੇ ਕੋਈ ਗਰੋਥ ਸੀ ਕਰੀ ਨਾ ਜੀ ਥੱਲਿਓ, ਆਪਣੇ 30-80 ਨਾਲ ਬੀਜੀ ਸੀ, ਉਹ ਤਾਂ ਹਰੀ ਹੋਣ ਲੱਗ ਗਈ, ਇਹ ਹਰੀ ਨਹੀਂ ਹੋਈ। ਫਿਰ ਉਦੋਂ ਬਾਅਦ 10 ਦਿਨ ਡੀਕਿਆ ਜੀ, 10 ਦਿਨਾਂ ਤੋਂ ਬਾਅਦ ਅਸੀਂ ਜੀ ਆਪਣੇ ਮਹਿਕਮੇ ਵਾਲਿਆਂ ਨੇ ਇਹਨਾਂ ਨਾਲ ਗੱਲ ਕਰੀ ਜੀ, ਪਾਲੇ ਵਰਗਿਆਂ ਨਾਲ, ਇਹਨਾਂ ਨੂੰ ਜਾ ਕੇ ਦਿਖਾਇਆ ਜੀ ਇਹਨਾਂ ਦੀ ਹਾਜ਼ਰੀ 'ਚ, ਫਿਰ ਅਸੀਂ ਵਾਹਤਾ ਜੀ ਦੁਬਾਰੇ। 5-7 ਹਜ਼ਾਰ ਰੁਪਏ ਦਾ ਹੈਗਾ ਜੀ ਨੁਕਸਾਨ ਸਾਡਾ ਵਾਹ ਕੇ ਬੀਜਣ 'ਤੇ, ਕਿਉਂਕਿ ਪਹਿਲਾਂ DAP ਨਹੀਂ, ਪਹਿਲਾਂ ਵੀ ਨਹੀਂ ਮਿਲਦਾ ਸੀਗਾ ਜੀ, ਬਾਅਦ 'ਚ ਵੀ ਅਸੀਂ ਕਿਤੇ ਕਿਤੋਂ ਲਿਆ, ਕਿਤੇ ਕਿਤੋਂ ਲਿਆ, ਬੋਰੀ ਚੱਕ ਚੱਕ ਫਿਰ ਬੀਜਿਆ ਜੀ। ਮੰਗ ਤਾਂ ਸਰਕਾਰ ਤੋਂ ਇਹ ਹੈ, ਪਹਿਲਾਂ ਤਾਂ ਇਹਨੂੰ ਚੈੱਕ ਕਰਨ ਜੀ, ਜਦੋਂ ਕੋਈ ਬੀਜ ਸਾਨੂੰ ਦਿੰਦੇ ਆ ਉਹ ਟੈਸਟ ਕਰਿਆ ਜਾਵੇ ਵੀ ਇਹ ਬੀਜਣ ਯੋਗ ਹੈ ਜਾਂ ਨਾ ਹੈ, ਅਤੇ ਉਸ ਤੋਂ ਬਾਅਦ ਸਾਨੂੰ ਦਿੱਤਾ ਜਾਵੇ। ਹੁਣ ਸਾਨੂੰ ਇਹੀ ਮੰਗ ਆ ਵੀ ਸਾਡਾ ਜਿਹੜਾ ਕੋਈ ਨੁਕਸਾਨ ਹੋਇਆ ਸਾਨੂੰ ਦਿੱਤਾ ਜਾਵੇ ਜੀ। ਇਹ ਜਿਹੜਾ ਬੀਜ ਲਿਆਂਦਾ ਸੀਗਾ ਅਸੀਂ ਕਣਕ ਦਾ, ਇਹ 5 ਸੀਡ ਦਾ ਬੀਜ ਸੀਗਾ, ਤਕਰੀਬਨ 160 ਕੁਇੰਟਲ ਵੱਖ ਵੱਖ ਵਰਾਇਟੀਆਂ ਸੀਗੀਆਂ, ਜਿਹਦੇ ਵਿੱਚ DBW 222 ਵਰਾਇਟੀ ਸੀਗੀ, ਇਹਦੇ 100 ਬੈਗ ਸੀਗੇ, 100 ਬੈਗ ਵੱਖ ਵੱਖ ਕਿਸਾਨਾਂ ਨੂੰ ਦਿੱਤੇ ਗਏ ਆ, ਅਤੇ ਜਿਹਦੀ ਇਹਦੀ ਬੀਜ ਦੀ ਹਰੇਕ ਕਿਸਾਨ ਵੱਲੋਂ ਜਿਹੜੀ ਕੰਪਲੇਂਟ ਆਈ ਹੈ ਜਰਮੀਨੇਸ਼ਨ ਦੀ, ਮੇਰੇ ਵੱਲੋਂ ਖੇਤੀਬਾੜੀ ਅਫਸਰ ਸੈਣਾ ਵੱਲੋਂ ਇਹ ਇੱਕ ਟੀਮ ਦਾ ਗਠਨ ਕੀਤਾ ਗਿਆ। ਇਹ ਟੀਮ ਨੇ, ਮੇਰੇ ADO ਨੇ ਖੇਤਾਂ ਦਾ ਜਾ ਕੇ ਦੌਰਾ ਆਪ ਖੁਦ ਜਾ ਕੇ ਕੀਤਾ, ਜਿਹਦੇ ਕਿ ਦੇਖਿਆ ਗਿਆ ਕਿ ਜਰਮੀਨੇਸ਼ਨ 0% ਹੀ ਜਰਮੀਨੇਸ਼ਨ ਪਾਈ ਗਈ ਹੈ, ਕੋਈ ਜਰਮੀਨੇਸ਼ਨ ਨਹੀਂ ਹੋਈ, ਅਤੇ ਵੱਖ ਵੱਖ ਕਿਸਾਨਾਂ ਦੀਆਂ ਕੰਪਲੇਂਟਾਂ ਜਿਹੜੀਆਂ ਉਹ ਅਸੀਂ ਲੈ ਲਈਆਂ, ਅਤੇ ਲੈ ਕੇ ਅਸੀਂ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੂੰ ਮਤਲਬ ਅਸੀਂ ਭੇਜ ਦਿੱਤੀਆਂ। ਕਿਸਾਨ ਦਾ ਤਕਰੀਬਨ ਦੇਖਿਆ ਜਾਵੇ ਤਾਂ ਮਤਲਬ 1 ਏਕੜ ਮੰਗ 3000 ਰੁਪਏ ਦਾ ਨੁਕਸਾਨ ਹੋਇਆ ਗਾ, ਅਤੇ ਪਨਸੀਡ ਅਦਾਰੇ ਨੂੰ ਅਸੀਂ ਮੂੰਹਜਵਾਨੀ ਤੌਰ 'ਤੇ ਵੀ ਦੱਸਤਾ, ਅਤੇ ਰਿਟਨ ਤੌਰ 'ਤੇ ਅਸੀਂ ਮਤਲਬ ਚੀਫ ਐਗਰੀਕਲਚਰ ਵਿਸਤ ਬਰਨਾਲੇ ਨੂੰ ਭੇਜ ਦਿੱਤਾ। ਕਿੰਨੇ ਲੱਖ ਦਾ ਨੁਕਸਾਨ ਹੋਇਆ ਟੋਟਲ? ਤੁਸੀਂ ਮਤਲਬ ਲਾ ਲਓ ਜੀ, ਮਤਲਬ ਇਹ ਤਕਰੀਬਨ 100 ਬੈਗ ਸੀ, 100 ਏਕੜ ਦਾ ਨੁਕਸਾਨ ਹੋ ਗਿਆ ਜੇ ਆਪਾਂ ਲੱਗੇ, 1 ਲੱਖ ਤੋਂ ਉੱਪਰ ਹੀ ਹੋ ਗਿਆ, 1,20,000 ਰੁਪਏ ਉਹਨੂੰ। ਉਹਨਾਂ ਵੱਲੋਂ ਮੁਆਵਜ਼ੇ ਨੂੰ ਕੋਈ ਗੱਲ ਕੀਤੀ? ਮੁਆਵਜ਼ੇ ਨੂੰ ਮਤਲਬ ਇਹ ਚਾਹੀਦਾ ਪਨਸੀਡ ਨੂੰ ਵੀ ਇਹ ਕਿਸਾਨਾਂ ਨੂੰ ਜਿਹੜੇ ਹੈਗੀ ਆ ਵਿੱਤੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ। ਇਹ DAP ਦਾ ਵੀ ਮਤਲਬ ਖਰਚਾ ਹੋਇਆ, ਕਿਸਾਨ ਦਾ ਬੀਜ ਦਾ ਵੀ ਖਰਚਾ ਹੋਇਆ, ਤੇਲ ਦਾ ਵੀ ਖਰਚਾ ਹੋਇਆ।